अणडिठी काव्य टुकड़ी नूं पहले ध्यान नाल पढ़ना है, उहदा एक्सप्लेनेशन सोचना है, वर्ड मीनिंग समझने हन, फिर आंसर करने हन। जंग हिंद पंजाब दा होण लगा, दोवें पातशाही फौजां भारियां ने, पैरा लिख लो, क्वेश्चन आंसर मैं वर्बली बोलांगी बेटे। सेकेंड लाइन, अज होवे सरकार ता मुल पावे, अज होवे सरकार ता मुल पावे, जेड़े खालसे ने तेगा मारियां ने, खालसे ने तेगा मारियां ने, सने आदमी गोलियां नाल उड्डन, हाथी डिगदे सने अंबारियां ने, शाह मुहम्मदा एक सरकार वजों, फौजां जित के अंत नूं हारियां ने, पैरे नूं फोकस करो। फर्स्ट क्वेश्चन, मैं रिपीट करदी हां, जंग हिंद पंजाब दा होण लगा, दोवें पातशाही फौजां भारियां ने, अज होवे सरकार ता मुल पावे, जिहड़ियां खालसे ने तेगां मारियां ने, सने आदमी गोलियां नाल उड्डन, हाथी डिगदे सने अंबारियां ने, शाह मुहम्मदा एक सरकार वजों, फौजां जित के अंत नूं हारियां ने। गोलियां नाल उड्डन, उड्डन हाथी डिगदे सने अंबारियां ने, सने आदमी गोलियां नाल उड्डन, गोलियां शाह मुहम्मदा एक सरकार वजों, फौजां जित के अंत नूं हारियां ने। फर्स्ट क्वेश्चन, पैरे दे अकॉर्डिंग इन्हां सत्रां दे विच, इस काव्य टुकड़ी विच किन्ना विचकार जंग हुई, किन्ना विचकार जंग हुई। फर्स्ट ऑप्शन इज, किन्ना विचकार जंग हुई, फर्स्ट क्वेश्चन, इन्हां काव्य सत्रां विच किन्ना विचकार जंग दी गल कीती गई है। फर्स्ट ऑप्शन, पाक अते हिंद, सेकेंड हिंद अते अंग्रेज, थर्ड ऑप्शन इज हिंद अते पंजाब, फोर्थ ऑप्शन पंजाब अते पाक।
ਪਹਿਲੀ ਲਾਈਨ ਚ ਕਲੀਅਰ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਫਸਟ ਲਾਈਨ ਚ ਆਂਸਰ ਕਲੀਅਰ ਹੈ। ਸ਼ਾਹ ਮੁਹੰਮਦ ਕਿਹਦਾ ਜ਼ਿਕਰ ਕਰਦਾ ਹੈ? ਹਿੰਦੁਸਤਾਨੀ ਤੇ ਪੰਜਾਬ ਦੀਆਂ ਫੌਜਾਂ ਦੇ ਯੁੱਧ ਦੀ ਗੱਲ ਕਰ ਰਹੇ ਹਾਂ। ਹਿੰਦ ਅਤੇ ਪੰਜਾਬ। ਸੈਕਿੰਡ ਕੁਐਸਚਨ, ਜੰਗ ਸ਼ਬਦ ਦਾ ਕੀ ਅਰਥ ਲਿਆ ਗਿਆ ਹੈ? ਪੂਰਾ ਆਪਸ਼ਨ, ਇਹ ਤਾਂ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੈ, ਤਾਂ ਸੌਖਾ ਕੁਐਸਚਨ ਆ ਗਿਆ। ਪੂਰਾ ਆਪਸ਼ਨ ਝਗੜਾ, ਐੜਾ ਆਪਸ਼ਨ ਲੜਾਈ, ਈੜੀ ਆਪਸ਼ਨ ਕੁਸ਼ਤੀ, ਸੱਸਾ ਆਪਸ਼ਨ ਗੁੱਸਾ, ਲੜਾਈ। ਆਪਸ਼ਨ ਫਿਰ ਤੋਂ ਬੋਲੋ। ਪੂਰਾ ਆਪਸ਼ਨ ਝਗੜਾ, ਐੜਾ ਆਪਸ਼ਨ ਇਸ ਲੜਾਈ, ਈੜੀ ਆਪਸ਼ਨ ਕੀ ਲਿਖਿਆ ਬੇਟੇ? ਈੜੀ ਕੁਸ਼ਤੀ। ਸੱਸਾ ਆਪਸ਼ਨ ਇਸ ਗੁੱਸਾ। ਝਗੜਾ ਤੇ ਲੜਾਈ ਤਾਂ ਬਹੁਤ ਫਰਕ ਹੈ ਬੇਟੇ। ਝਗੜਾ ਤਾਂ ਆਪਣਾ ਦੋ ਭਰਾਵਾਂ ਦਾ ਘਰ ਵਿੱਚ ਆਪਸ ਵਿੱਚ ਵੀ ਹੋ ਜਾਂਦਾ, ਛੋਟੀ ਮੋਟੀ ਗੱਲ ਤੇ ਵੀ। ਲੜਾਈ ਤੇ ਯੁੱਧ ਇੱਕ ਅਲੱਗ ਚੀਜ਼ ਹੈ। ਯੁੱਧ ਹੁੰਦਾ ਇਹਦੀ ਥਾਂ ਤੇ ਤਾਂ ਵੀ ਕਰੈਕਟ ਆਪਸ਼ਨ ਸੀ। ਯੁੱਧ ਇਹਦੇ ਨਾਲ ਲਿਖ ਲਓ, ਜੰਗ ਦਾ ਮਤਲਬ ਯੁੱਧ ਵੀ ਹੈ। ਯੁੱਧ ਤੇ ਲੜਾਈ, ਝਗੜਾ ਅਲੱਗ ਹੈ, ਹਾਂ ਲਿਸਨ, ਪਰ ਜਦੋਂ ਲੜਾਈ ਤੇ ਝਗੜਾ ਸਮਾਸੀ ਸ਼ਬਦ ਆ ਗਏ ਤਾਂ ਸਮਾਨ ਅਰਥ ਹੈ, ਮੀਨਸ ਇੱਕੋ ਜਿਹੇ ਅਰਥ ਰੱਖਦੇ ਸ਼ਬਦ ਹੈ। ਝਗੜਾ ਜਿਹੜਾ ਹੈ ਉਹ ਆਪਾਂ ਆਮ ਸਮਾਜਿਕ ਜੀਵਨ ਵਿੱਚ ਵਿਚਰਦੇ ਹਾਂ। ਝਗੜਾ ਕਿਸੇ ਜ਼ਮੀਨ ਜਾਇਦਾਦ ਪਿੱਛੇ ਹੋ ਸਕਦਾ, ਠੀਕ ਹੈ, ਝਗੜਾ ਕਿਸੇ ਦੁਕਾਨ ਪਿੱਛੇ ਹੋ ਸਕਦਾ, ਕਿਰਾਏ ਪਿੱਛੇ ਹੋ ਸਕਦਾ, ਕੋਈ ਵੀ ਉਹਦਾ ਮਾਮਲਾ ਕੋਈ ਵੀ ਹੋ ਸਕਦਾ ਝਗੜੇ ਦਾ। ਪਰ ਜਿਹੜੀ ਲੜਾਈ ਹੈ ਉਹ ਤਾਂ ਮੁਲਕਾਂ ਦੀ ਵੀ ਹੁੰਦੀ ਹੈ, ਠੀਕ ਹੈ, ਮੁਲਕਾਂ ਦੀ, ਦੇਸ਼ਾਂ ਦੀ, ਸੰਸਾਰ, ਜੰਗ, ਜੰਗ ਕਹਿੰਦੇ ਹਾਂ ਉਹਨੂੰ, ਉਹਦੇ ਵਿੱਚ ਮੀਨਿੰਗ ਕੀ ਆਏਗਾ? ਲੜਾਈ ਜਾਂ ਆਏਗਾ ਯੁੱਧ, ਠੀਕ ਹੈ, ਪਰਟੀਕੁਲਰ ਸ਼ਬਦ। ਜੇ ਯੁੱਧ ਦਿੱਤਾ ਹੁੰਦਾ ਇੱਥੇ ਯੁੱਧ ਆਉਣਾ ਸੀ, ਜੇ ਲੜਾਈ ਦਿੱਤਾ ਤਾਂ ਲੜਾਈ, ਪਰ ਕਦੀ ਵੀ ਝਗੜਾ ਵਰਡ ਵੱਡੀਆਂ ਵੱਡੀਆਂ ਜੰਗਾਂ ਲਈ ਨਹੀਂ ਯੂਜ਼ ਹੋਇਆ, ਠੀਕ ਹੈ। ਜੰਗਨਾਮਾ, ਇਹ ਟਾਈਟਲ ਪਤਾ ਹੈ ਕਵਿਤਾ ਦਾ ਕੀ ਹੈ? ਵੈਸੇ ਸ਼ਾਹ ਮੁਹੰਮਦ ਦੀ ਕਵਿਤਾ ਦਾ ਟਾਈਟਲ ਹੈ ਜੰਗ ਸਿੰਘਾਂ ਅਤੇ ਫਰੰਗੀਆਂ। ਫਰੰਗੀ ਸ਼ਬਦ ਭਾਵੇਂ ਕੋਈ ਪੈਰਾ ਏਦਾਂ ਦਾ ਵੀ ਆ ਸਕਦਾ। ਫਰੰਗੀ ਸ਼ਬਦ ਦਾ ਮੀਨਿੰਗ ਲਿਖ ਲਓ ਆਪਣੀ ਨੌਲੇਜ ਅਪਡੇਟ ਕਰਨ ਲਈ। ਫਰੰਗੀ ਸ਼ਬਦ ਅਰਥ ਹੈ ਅੰਗਰੇਜ਼। ਜੇ ਕਿਸੇ ਪੈਰੇ ਚ ਫਰੰਗੀ ਸ਼ਬਦ ਆ ਜਾਏ ਤਾਂ ਉਹਦਾ ਮਤਲਬ ਹੈ ਅੰਗਰੇਜ਼। ਉੱਥੇ ਆਪਸ਼ਨ ਦਿੱਤੀ ਹੋਏਗਾ ਕਿ ਪਾਕਿਸਤਾਨੀ, ਹਿੰਦੁਸਤਾਨੀ, ਫਰੰਗੀ ਦਾ ਮਤਲਬ ਹੈ ਕੀ? ਯੁੱਧ। ਪੰਜਾਬੀ ਦੇ ਵਿੱਚ ਯੁੱਧ ਆ ਜਾਂਦਾ ਨਾ ਵਰਡ, ਸੰਸਕ੍ਰਿਤ ਤੋਂ ਲਿਆ ਸ਼ਬਦ ਹੈ। ਬਹੁਤ ਸਾਰੇ ਸ਼ਬਦ ਨੇ ਜਿਹੜੇ ਸੰਸਕ੍ਰਿਤ ਤੋਂ ਆਏ ਹੋਏ ਨੇ, ਉਰਦੂ, ਫਾਰਸੀ ਤੋਂ, ਹਿੰਦੀ ਤੋਂ। ਯੁੱਧ ਵੈਸੇ ਪੰਜਾਬੀ ਦਾ ਵਰਡ ਨਹੀਂ ਹੈ, ਪਰ ਉਹਨੂੰ ਜਦੋਂ ਪੰਜਾਬੀ ਚ ਲਿਖਦੇ ਹਾਂ ਯੁੱਧ ਵੀ ਲਿਖ ਦਿੰਦੇ ਹਾਂ, ਯੁੱਧ ਵੀ ਲਿਖ ਦਿੰਦੇ ਹਾਂ, ਯੁੱਧ, ਠੀਕ ਹੈ, ਯੁੱਧ ਜਾਂ ਯੁੱਧ ਲਿਖਿਆ ਹੋਇਆ ਵਰਡ ਦਿੱਤਾ ਹੋਇਆ, ਠੀਕ ਹੈ। ਜੇ ਆਪਸ਼ਨ ਚ ਆਏ ਵੈਸੇ ਕੀ ਹੈ? ਜੰਗ ਦਾ ਮਤਲਬ ਲੜਾਈ। ਥਰਡ ਕੁਐਸਚਨ ਇਸ, ਫਰੰਗੀ ਦਾ ਮਤਲਬ ਹੁੰਦਾ ਹੈ ਅੰਗਰੇਜ਼। ਫਰੰਗੀ ਦਾ ਮਤਲਬ ਹੈ ਅੰਗਰੇਜ਼। ਕਿਹੜੀਆਂ ਫੌਜਾਂ ਜਿੱਤ ਕੇ ਹਾਰ ਗਈਆਂ? ਕਿਹੜੀਆਂ ਫੌਜਾਂ ਜਿੱਤ ਕੇ ਹਾਰ ਗਈਆਂ ਅੰਗਰੇਜ਼ਾਂ ਦੀਆਂ? ਪਾਕਿਸਤਾਨੀ, ਖਾਲਸੇ ਦੀਆਂ? ਕਿਹੜੀਆਂ ਫੌਜਾਂ ਜਿੱਤ ਕੇ ਹਾਰ ਗਈਆਂ? ਖਾਲਸੇ ਦੀਆਂ, ਕਿਉਂਕਿ ਪਹਿਰੇ ਦੇ ਅਕੋਰਡਿੰਗ ਖਾਲਸੇ ਦੀਆਂ। ਅੱਛਾ, ਅੰਗਰੇਜ਼ਾਂ ਦੀ ਥਾਂ ਤੇ ਇੱਥੇ ਆ ਸਕਦਾ ਸੀ ਫਰੰਗੀ ਦੀਆਂ ਫੌਜਾਂ, ਠੀਕ ਹੈ, ਫਰੰਗੀ ਮੀਨਸ ਅੰਗਰੇਜ਼, ਅੰਗਰੇਜ਼ਾਂ ਦੀਆਂ। ਪਾਕਿਸਤਾਨੀ ਫੌਜਾਂ, ਖਾਲਸੇ ਦੀਆਂ ਫੌਜਾਂ, ਹਿੰਦੁਸਤਾਨੀ ਫੌਜਾਂ, ਖਾਲਸੇ ਦੀਆਂ ਫੌਜਾਂ, ਠੀਕ ਹੈ। ਨੈਕਸਟ, ਸਨੇ ਸ਼ਬਦ ਦਾ ਕੀ ਅਰਥ ਹੈ? ਸਨੇ ਸ਼ਬਦ ਦਾ ਕੀ ਅਰਥ ਹੈ? ਸਨੇ ਆਦਮੀ ਗੋਲਿਆਂ ਨਾਲ ਉੱਡਣ। ਆਪਸ਼ਨ ਇਸ, ਬਿਨਾਂ,
ਉੱਤੇ ਬਿਨਾ ਉੱਤੇ ਸਮੇਤ ਸਮੇਤ ਜਾਂ ਅਤੇ ਸਮੇਤ ਸਮੇਤ ਦੀ ਥਾਂ ਤੇ ਜੇ ਨਾਲ ਹੁੰਦਾ ਤਾਂ ਨਾਲ ਠੀਕ ਸੀ ਠੀਕ ਹੈ ਸਨੇ ਦਾ ਮੀਨਿੰਗ ਹੁੰਦਾ ਸੰਗ ਨਾਲ ਸਮੇਤ ਏਦਾਂ ਇੱਕ ਲਾਈਨ ਆਈ ਹੈ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਵਾਜੋਂ ਦਾ ਮੀਨਿੰਗ ਵਾਜੋਂ ਦਾ ਅਰਥ ਸਮੇਤ ਬਿਨਾ ਨਾਲ ਉੱਤੇ ਬਿਨਾ ਵਾਜੋਂ ਦਾ ਮਤਲਬ ਕੀ ਹੈ ਬਿਨਾ ਦੋਨਾਂ ਦੇ ਮੀਨਿੰਗ ਲਿਖੋ ਦੋਨੋਂ ਹੀ ਮੀਨਿੰਗ ਦਿੱਤੇ ਹੋਏ ਆ ਇੱਥੇ ਸਨੇ ਦਾ ਕੀ ਅਰਥ ਹੈ ਸਨੇ ਦਾ ਅਰਥ ਦੀਆਂ ਆਪਸ਼ਨ ਵੀ ਸੇਮ ਨੇ ਬਿਨਾ ਉੱਤੇ ਸਮੇਤ ਅਤੇ ਅਤੇ ਠੀਕ ਹੈ ਜਿਹੜੀਆਂ ਸਨੇ ਦੀਆਂ ਵਾਜੋਂ ਦਾ ਕੀ ਅਰਥ ਹੈ ਨੋਟ ਕਰੋ ਵਾਜੋਂ ਦਾ ਅਰਥ ਕੀ ਹੈ ਵਾਜੋਂ ਦੇ ਅਰਥ ਵਿੱਚ ਲਿਖੋ ਬੇਟੇ ਬਿਨਾ ਸੈਕਿੰਡ ਆਪਸ਼ਨ ਇਜ਼ ਨਾਲ ਥਰਡ ਆਪਸ਼ਨ ਇਜ਼ ਸਮੇਤ ਫੋਰਥ ਆਪਸ਼ਨ ਇਜ਼ ਉੱਤੇ ਇਹਦੇ ਵਿੱਚ ਕੀ ਆਣਾ ਹੈ ਬਿਨਾ ਵਾਜੋਂ ਦਾ ਮਤਲਬ ਬਿਨਾ ਨੈਕਸਟ ਕੁਸ਼ਚਨ ਫਾਈਵ ਹੋ ਗਏ ਬੇਟੇ ਇੱਕ ਲਾਸਟ ਕੁਸ਼ਚਨ ਲਿਖ ਲਓ ਤੇਗਾਂ ਮਾਰਨੀਆਂ ਦਾ ਭਾਵ ਅਰਥ ਦੱਸੋ ਜਦੋਂ ਭਾਵ ਅਰਥ ਆਉਂਦਾ ਹੈ ਨਾ ਉਦੋਂ ਅਰਥ ਨਹੀਂ ਦੱਸਣਾ ਹੁੰਦਾ ਭਾਵ ਦੱਸਣਾ ਕਿ ਇਹਦਾ ਭਾਵ ਕੀ ਹੈ ਠੀਕ ਹੈ ਲਾਈਨਾਂ ਦੇ ਅਕੋਰਡਿੰਗ ਤੇਗਾਂ ਮਾਰਨੀਆਂ ਦਾ ਭਾਵ ਅਰਥ ਦੱਸੋ ਡਰ ਜਾਣਾ ਭੱਜ ਜਾਣਾ ਬਹਾਦਰੀ ਵਿਖਾਉਣਾ ਬਹਾਦਰੀ ਵਿਖਾਉਣਾ ਹੌਸਲਾ ਵਿਖਾਉਣਾ ਤੇਗਾਂ ਮਾਰਨੀਆਂ ਮੀਨਸ ਬਹਾਦਰੀ ਵਿਖਾਉਣਾ ਵੈਸੇ ਤੇਗ ਸ਼ਬਦ ਦਾ ਅਰਥ ਆਏ ਤਾਂ ਤੇਗ ਦਾ ਅਰਥ ਦੱਸ ਸਕਦੇ ਹੋ ਤੇਗ ਦਾ ਅਰਥ ਬੋਲੋ ਬੇਟੇ ਤੇਗ ਦਾ ਅਰਥ ਹੈ ਹਥਿਆਰ ਤਲਵਾਰ ਖੰਜਰ ਠੀਕ ਹੈ ਬੋਲੋ ਕੀ ਹੈ ਤੇਗ ਗੱਤਕਾ ਤਲਵਾਰ ਤੇਗ ਕੀ ਹੈ ਤਲਵਾਰ ਤੇਗ ਦਾ ਵੈਸੇ ਅਰਥ ਸ਼ਾਬਦਿਕ ਅਰਥ ਕੀ ਹੈ ਤਲਵਾਰ ਗੁਰਬਾਣੀ ਚ ਪੜਿਆ ਹੋਇਆ ਹੈ ਵਰਡ ਤੇਗ ਦਾ ਅਰਥ ਹੁੰਦਾ ਤਲਵਾਰ ਸ਼ਾਬਦਿਕ ਅਰਥ ਨੋਟ ਕਰ ਲਓ ਭਾਵ ਅਰਥ ਕੁਛ ਹੋਰ ਹੁੰਦਾ ਸ਼ਬਦ ਦਾ ਲਿਸਨ ਭਾਵ ਅਰਥ ਕੀ ਹੈ ਬਹਾਦਰੀ ਵਿਖਾਉਣਾ ਔਰ ਸ਼ਾਬਦਿਕ ਅਰਥ ਕੀ ਹੈ ਤਲਵਾਰ ਕਿਸਾ ਤੇਗ ਦਾ ਦੋਨੋਂ ਵਰਡ ਲਿਖ ਲਓ ਬੇਟੇ ਕਈ ਵਾਰੀ ਤੇਗ ਸ਼ਬਦ ਦਾ ਅਰਥ ਆ ਜਾਂਦਾ ਫਿਰ ਤਲਵਾਰ ਆਏਗਾ ਇੱਕ ਆਂਡੇ ਠੀਕ ਕਾਫ ਟੁਕੜੀ ਹੋ ਗਈ ਬੱਚੇ ਆਪਾਂ ਹੁਣ ਡੇਲੀ ਇੱਕ ਆਂਡੇ ਠੀਕ ਕਾਫ ਟੁਕੜੀ ਦੀ ਪ੍ਰੈਕਟਿਸ ਕਰਨੀ ਹੈ ਹੁਣ ਆਪਾਂ ਗੱਲ ਕਰੀਏ ਉਹ ਆਰਥਿਕ ਸ਼ਬਦ ਲਿਖੋ ਬੇਟੇ ਕੁਸ਼ਚਨ ਉਹ ਆਰਥਿਕ ਸ਼ਬਦ ਪਹਿਲੇ ਤਾਂ ਟਾਈਟਲ ਹੀ ਦੇ ਲਓ ਬਹੁ ਆਰਥਿਕ ਸ਼ਬਦ ਦਾ ਅਰਥ ਹੁੰਦਾ ਇੱਕ ਸ਼ਬਦ ਦੇ ਬਹੁਤੇ ਅਰਥ ਇੱਕ ਸ਼ਬਦ ਦੇ ਬਹੁਤੇ ਅਰਥ ਔਰ ਬਹੁਤੇ ਅਰਥ ਵੀ ਕਿਹੜੇ ਹੋਣੇ ਚਾਹੀਦੇ ਵੱਖ ਵੱਖ ਠੀਕ ਹੈ ਸਮਝ ਆ ਗਈ ਸਮਾਨ ਅਰਥ ਨਹੀਂ ਹੋਣੇ ਚਾਹੀਦੇ ਕੀ ਹੋਣੇ ਚਾਹੀਦੇ ਆ ਵੱਖ ਵੱਖ ਅਰਥ ਉਚਾਰਨ ਸੇਮ ਇੱਦਾਂ ਵੀ ਕੁਸ਼ਚਨ ਆ ਸਕਦਾ ਹੈ ਜਿਸ ਸ਼ਬਦ ਦਾ ਉਚਾਰਨ ਸੇਮ ਹੋਏ ਇੱਕੋ ਜਿਹਾ ਹੋਏ ਨੋਟ ਕਰ ਲਓ ਇਹ ਵੀ ਕੁਸ਼ਚਨ ਆਇਆ ਹੋਇਆ ਜਿਸ ਸ਼ਬਦ ਦਾ ਉਚਾਰਨ ਇੱਕੋ ਜਿਹਾ ਹੋਏ ਪਰ ਅਰਥ ਵੱਖ ਵੱਖ ਹੋਣ ਉਸਨੂੰ ਕੀ ਕਹਿੰਦੇ ਹਨ ਆਪਸ਼ਨ ਹੈ ਸਮਾਨ ਅਰਥ ਵਿਰੋਧੀ ਅਰਥ ਬਹੁ ਅਰਥਕ ਜਾਂ ਬਹੁਤੇ ਸ਼ਬਦਾਂ ਥਾਂ ਇੱਕ ਅਰਥ ਬਹੁ ਅਰਥਕ ਜਿਹਨਾਂ ਦਾ ਉਚਾਰਨ ਕੀ ਹੋਏ ਇੱਕੋ ਜਿਹਾ ਹੋਏ ਜਿਸ ਸ਼ਬਦ ਦਾ ਉਚਾਰਨ
ना बदले पर उसके अर्थ वख वख होन उनू की कहते हैं वो आर्थिक शब्द। वो आर्थिक शब्द मीन्स उच्चारण बोलन लग्या वर्ड वही है पर उसका अर्थ वख वख है। हुन टेबल बनाओ मीनिंग लिखने हैं इधर शब्द देना है अपा 5-6 अज कर लेने हैं। कल तो सारे बच्चे अपनी फेयर नोटबुक लेके आना और नाल दी नाल करांगे ठीक है बच्चे जेडे पहला अज कंप्लीट कर लांगे ना जदों 2-3 days फिर अपा प्रैक्टिस करांगे क्योंकि वो आर्थिक शब्द बच्चों का बहुत लॉस होया बहुत सारे बच्चों के अच्छे अच्छे बच्चों के मार्क्स ये करके 2-3 मार्क्स गए हैं। लिखो बेटे तर शब्द तर अपने आप ही दसो तर शब्द तर है एक सब्जी जिन्हों सलाद विच वरतदे हैं ठीक है सलाद के तौर पर भी खाते हैं तर सब्जी यस तर तर जाना ठीक है तर जाना मुक्त हो जाना ठीक है पास हो जाना भी लिख सकते हैं पास होना चंगे व्यक्ति नेक व्यक्ति नेक कर्म करने वाले मेहनत करने वाले व्यक्ति तर जाते हैं। जे आप स्कूल दे फील्ड की गल करिए मेहनत करने वाले विद्यार्थी तर जाते हैं सफल हो जाते हैं। ते संसार की गल करिए नाम ध्यान वाले सतगुर का संग करके जड़े भगत ने तर जाते हैं पास हो जाते हैं पार उतारा हो जाता उन्होंने अगे तर मीन्स तैरना तरना ठीक है वह तर नहीं सी सकता इस करके उसका बचा नहीं हो सके ठीक है उन्हें बड़ी हौसले का डुबकी लगाई पर तरना तो उन्होंने आता नहीं सी तरना या तैरना तरना रारा खल रारा खाली हो ना तो नन्ना आंदा वैसे तो तुम ऑप्शन च ही आना है वो आर्थिक शब्द सेकंड टर्म च है ही नहीं है जेड़े ऑप्शन वाला पेपर है ना ये तुम बस एक बेनीफिट है तो स्पैलिंग मिसटेक का कोई चक्कर नहीं है जेड़ा अगला टर्म है वो सारा स्पैलिंग करके होना पर फर्स्ट टर्म के नुकसान हो गया बच्चों लिखने की हैबिट घट गई पर आप फिर भी कोशिश करते हैं कि जेड़ा आप अनडिठी रीडिंग स्किल कर रहे हैं ना वो थोड़ी प्रैक्टिस हो रही है और सैकेंड टर्म के रीडिंग स्किल ही नहीं है थोड़ी आ अनडिठे पैरे 3 नहीं आने 15 नंबर ए नहीं है रीडिंग स्किल की थान से की हो जाना राइटिंग स्किल 15 नंबर की बाकी सारा सेम ग्रामर सेम 19 नंबर की लिटरेचर सेम सिर्फ रीडिंग स्किल कि कन्वर्ट कर दिता राइटिंग स्किल 15 नंबर की राइटिंग स्किल है हम 15 नंबर की रीडिंग स्किल है यदा तुम बहुत बेनीफिट मिलना बेटे हो गया क्लीयर कौन रिपीट करेगा तर शब्द अर्थ है सब्जी तरना पास हो जाना ठीक है अच्छा एक तर का मतलब होंगे तरो ताजा हो जाना ठीक है तरो ताजा है जिम्मे गला ना तर गया उन्हें ओदा गला खुशक सी खुशक का ओपोजिट तुसी किता होना जूनियर क्लास खुशक मीन ड्राइनेस ठीक है ते एदा ओपोजिट की होगा फ्रेश तरो ताजा हो जाना तरोताजा तरोताजा नु ब्रैकेट विच नरम भी कह सकते हो जिवें गला किसी दा खुश्क हो गया ना आपां कहने आ कि कोई देसी घिओ दा सेवन करो तो तुहाडा गला तरोताजा हो जाएगा नरम हो जाएगा मीन्स कोई गीजा खाण जोगा हो जाएगा गीजा मीन्स खुराक हो गया क्लीयर ओपोजिट वर्ड हुंदा खुश्क दा तर खुश्क दा तर खुश्क मतलब की होंगे बेटे ड्राइनेस ठीक है नेक्स्ट नेक्स्ट वर्ड इज तप 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 रिया मीन्स गर्म है उसका बुखार नाल पिंडा तप रिया है हुण पिंडा शब्द का जरूर लिखियो अर्थ तुहानू पिंडा शब्द का अर्थ नहीं आया पैरे दे विच
ਹਾਂ ਡਿੱਠੀ, ਪਿੰਡਾਂ ਦਾ ਮਤਲਬ ਹੁੰਦਾ ਹੈ ਸਰੀਰ, ਇਹ ਦੇਹ। ਠੀਕ ਹੈ, ਲਿਖੋ ਬੇਟੇ। ਤਪ ਦਾ ਮਤਲਬ ਹੈ ਗਰਮ, ਤਪ ਦਾ ਮਤਲਬ ਹੈ ਗੁੱਸਾ। ਦੇਖੋ ਨਾ, ਉਹ ਗੁੱਸੇ ਨਾਲ ਵੀ ਤਪ ਰਿਹਾ, ਗੁੱਸਾ ਆ ਜਾਣਾ, ਗੁੱਸੇ ਤੋਂ ਬਾਹਰਾ ਹੋ ਜਾਣਾ, ਬੇਕਾਬੂ ਹੋ ਜਾਣਾ ਗੁੱਸਾ। ਅੱਗੇ ਤਪ ਦਾ ਮਤਲਬ ਹੁੰਦਾ ਇੱਕ, ਦੱਸੋ ਗੁਰਬਾਣੀ ਵਿੱਚ ਕੀ ਕਹਿੰਦੇ ਆ? ਤਪ, ਤਪੱਸਿਆ, ਭਗਤੀ, ਬੰਦਗੀ। ਅੱਛਾ, ਹੁਣ ਤੁਸੀਂ ਕਹੋਗੇ ਅਸੀਂ ਤਾਂ ਆਪਸ਼ਨ ਕੀਤੀ ਹੋਈ ਆ ਤਪੱਸਿਆ, ਹੁਣ ਆਪਸ਼ਨ ਚ ਆ ਜਾਂਦਾ ਬੰਦਗੀ। ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਤਪੱਸਿਆ ਦਾ ਮੀਨਿੰਗ ਹੀ ਬੰਦਗੀ ਹੈ, ਤੇ ਉਹਦੀ ਥਾਂ ਤੇ ਭਗਤੀ ਵੀ ਆ ਸਕਦਾ। ਠੀਕ ਹੈ, ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਮਹਾਂਪੁਰਖਾਂ ਨੇ ਬਹੁਤ ਤਪ ਕੀਤੇ ਨੇ। ਆਪਾਂ ਕਹਿੰਦੇ ਹਾਂ ਨਾ, ਬਾਬਾ ਈਸ਼ਵਰ ਸਿੰਘ ਜੀ ਨੇ, ਨੰਦ ਸਿੰਘ ਜੀ ਨੇ ਬਹੁਤ ਤਪ ਕੀਤਾ, ਉਹਨਾਂ ਦਾ ਨਾਮ ਲੈਂਦੇ ਹਾਂ ਆਪਾਂ। ਠੀਕ ਹੈ, ਵਿਆਸ ਵਾਲੇ ਸੰਤ ਹੋਏ, ਉਹਨਾਂ ਨੇ ਬਹੁਤ ਤਪ ਕੀਤਾ। ਤਪ ਮੀਨ ਤਪੱਸਿਆ, ਤਪੱਸਿਆ ਸਾਧੀ ਹੈ। ਤਪੱਸਿਆ ਸਾਧਨਾ ਦਾ ਮਤਲਬ ਸਵੇਰੇ ਸਵਖਤੇ ਅੰਮ੍ਰਿਤ ਵੇਲੇ ਉੱਠਣਾ। ਦੁਨੀਆ ਦੇ ਲੋਕ ਤਾਂ ਜਿਹੜੇ ਦੁਨਿਆਵੀ ਮੋਹ ਪਿਆਰ ਚ ਨੇ, ਉਹ ਤਾਂ ਸੁੱਤੇ ਹੁੰਦੇ ਨੇ। 3 ਵਜੇ ਦਾ ਟਾਈਮ ਹੈ ਸਵਖਤੇ ਦਾ ਟਾਈਮ, 3 ਵਜੇ ਉੱਠ ਕੇ ਭਗਤੀ ਕਰਨੀ। ਇੱਥੇ ਬੱਚਿਆਂ ਦੇ ਤਾਂ ਸੌਣ ਦਾ ਟਾਈਮ ਹੀ ਉਦੋਂ ਹੁੰਦਾ। ਅੱਜ ਕੱਲ ਦੀ ਜਨਰੇਸ਼ਨ ਤਾਂ ਸੌਂਦੀ 2-3 ਵਜੇ ਹੈ ਨਾ, ਵੈਸੇ ਤਾਂ ਸੌਂਦੀ ਨੀ ਵਿਚਾਰੀ, ਕੀ ਕਰੇ। ਫਿਰ ਪਤਾ ਹੈ ਸੌਣ ਦਾ ਨੁਕਸਾਨ ਕਿੰਨਾ? ਕਿਹੜੀ ਹੈ ਸਭ ਤੋਂ ਵੱਡੀ ਤਕਲੀਫ, ਦੱਸ ਸਕਦੇ ਹੋ? ਜਿਹੜੇ ਬੱਚੇ ਸੌਂਦੇ ਨਹੀਂ ਹੈ ਟਾਈਮ ਸਿਰ ਜਾਂ ਬਿਲਕੁਲ ਨਹੀਂ ਸੌਂਦੇ, ਡਿਪਰੈਸ਼ਨ, ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਨੇ, ਜਿਹਦਾ ਇਲਾਜ ਨਹੀਂ ਹੈ ਕੋਈ, ਜਿਸਦਾ ਇਲਾਜ ਨਹੀਂ ਹੈ। ਨੈਕਸਟ ਲਿਖੋ ਬੇਟੇ, ਨੈਕਸਟ ਵਰਡ ਇਜ਼ ਤੰਗ। ਤੰਗ, ਤੰਗ ਮੀਨਸ ਭੀੜਾ, ਨੈਰੋ। ਠੀਕ ਹੈ, ਗਲੀ ਬੜੀ ਤੰਗ ਹੈ, ਇਹਦੇ ਚੋਂ ਕਾਰ ਨਹੀਂ ਨਿਕਲ ਸਕਦੀ। ਤੰਗ ਕਰਨਾ, ਪਰੇਸ਼ਾਨ ਕਰਨਾ, ਟੀਜ਼ ਕਰਨਾ, ਟੀਜ਼ ਕਰਨਾ। ਲਿਖੋ, ਇੱਕ ਤੰਗ ਦਾ ਮਤਲਬ ਹੈ ਕਮੀ, ਪੈਸੇ ਦੀ ਤੰਗੀ। ਆਪਾਂ ਕਿਸੇ ਚੈਪਟਰ ਚ ਪੜਿਆ ਸੀ ਕੁਲਫੀ ਵਾ ਕਹਾਣੀ ਚ, ਪੈਸੇ ਦੀ ਤੰਗੀ ਕਿਹਦੇ ਤੋਂ ਵੀ ਭੈੜੀ ਹੈ? ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੈ। ਯਾਦ ਆਇਆ? ਨਾਲ ਉਹ ਕੁਸ਼ਚਨ ਵੀ ਰਿਵਾਈਜ਼ ਹੋ ਗਿਆ, ਉਹ ਵੀ ਕੁਸ਼ਚਨ ਬੱਚਿਆਂ ਨੇ ਗਲਤ ਕੀਤਾ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੈ। ਇਹਦਾ ਤੰਗੀ ਦਾ ਮਤਲਬ ਕੀ ਹੋਇਆ? ਕਮੀ, ਘਾਟ। ਮੈਂ ਰਿਪੀਟ ਕਰਨ ਲੱਗੀ ਹਾਂ ਤੰਗ ਸ਼ਬਦ ਤੇ। ਤੰਗ ਦਾ ਮਤਲਬ ਹੁੰਦਾ ਭੀੜਾ, ਇਹ ਦਰਵਾਜ਼ਾ ਬਹੁਤ ਤੰਗ ਹੈ ਨਾ, ਇਹਦੇ ਚੋਂ ਨਿਕਲਿਆ ਨਹੀਂ ਜਾ ਸਕਦਾ। ਦੈਨ ਦਰਵਾਜ਼ਾ ਹੋਏ, ਗਲੀ ਹੋਏ, ਕੋਈ ਕਿਸੇ ਦਾ ਪਜਾਮਾ ਤੰਗ ਹੈ, ਠੀਕ ਹੈ, ਕੋਈ ਵਸਤਰ ਤੰਗ ਹਨ। ਠੀਕ ਹੈ, ਗਰਮੀ ਚ ਵਸਤਰ ਤੰਗ ਜੇ ਪਾ ਲਓ ਤਾਂ ਗਰਮੀ ਲੱਗਦੀ ਹੈ, ਉਹ ਤੰਗ ਕਰਦੇ ਨੇ। ਵਸਤਰ ਮੀਨਸ ਕੱਪੜੇ। ਸੈਕਿੰਡ ਤੰਗ ਦਾ ਮਤਲਬ ਹੈ ਪਰੇਸ਼ਾਨ, ਕਿਸੇ ਨੂੰ ਤੰਗ ਕਰਨਾ, ਟੋਰਚਰ ਕਰਨਾ। ਗਰੀਬਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਵੀ ਨਹੀਂ ਵੈਸੇ ਤੰਗ ਕਰਨਾ ਚਾਹੀਦਾ। ਆਪਣੇ ਵੱਲੋਂ ਜਾਣੇ ਅਣਜਾਣੇ ਚ ਗਲਤੀ ਹੋ ਜਾਓ, ਸਭ ਕੁਝ ਪਰਮਾਤਮਾ ਬਖਸ਼ਣ ਆ ਰਿਹਾ ਜੇ ਅਸੀਂ ਭੁੱਲਣ ਆ ਰਹਾ। ਵੈਸੇ ਕਦੀ ਕਿਸੇ ਨੂੰ ਤੰਗ ਨਾ ਕਰੋ। ਆ ਸਟੂਡੈਂਟ ਲਾਈਫ ਚ ਬੱਚਿਆਂ ਦੀ ਹੈਬਿਟ ਬਣ ਜਾਂਦੀ ਤੰਗ ਕਰਨ ਦੀ, ਹਾਸੇ ਮਜ਼ਾਕ ਚ। ਥਰਡ ਵਨ ਇਸ ਪੈਸੇ ਦੀ ਤੰਗੀ, ਘਾਟ, ਕਮੀ। ਨੈਕਸਟ ਵਰਡ ਤਾਰ। ਜਿਵੇਂ ਤਰ ਹੈ ਨਾ, ਉਵੇਂ ਤਾਰ ਦੇ ਵਿੱਚ ਵੀ ਇੱਕ ਮੀਨਿੰਗ ਸੇਮ ਹੈ ਦੋਨਾਂ ਦਾ। ਤਾਰ ਦਿੰਦੇ ਆ, ਚੰਗਿਆਂ ਦਾ ਸੰਗ ਇਨਸਾਨ ਨੂੰ ਤਾਰ ਦਿੰਦਾ ਤੇ ਮਾੜਿਆਂ ਦਾ ਸੰਗ ਇਨਸਾਨ ਨੂੰ ਡੋਬ ਦਿੰਦਾ। ਜੇ ਕਿਸੇ ਬੱਚੇ ਨੇ ਚੋਰੀ ਦਾ ਸੰਗ ਕਰ ਲਿਆ, ਚੋਰੀ ਦਾ, ਜੁਹਾਰੇ ਦਾ ਸੰਗ ਕਰ ਲਿਆ, ਬੁਰੀਆਂ ਆਦਤਾਂ ਦਾ, ਨਸ਼ਿਆਂ ਦਾ ਸੰਗ ਕਰ ਲਿਆ, ਉਹ ਤਾਂ ਵਿਚਾਰਾ ਡੁੱਬ ਗਿਆ, ਘਰ ਬਾਰ ਬਰਬਾਦ ਹੋ ਗਿਆ। ਚੰਗਿਆਂ ਦੀ ਸੰਗਤ ਇਨਸਾਨ ਨੂੰ ਤਾਰ ਦਿੰਦੀ ਹੈ। ਨੈਕਸਟ ਤਾਰ ਦਾ ਮਤਲਬ ਹੈ ਵਾਇਰ, ਕਿਸੇ ਵੀ ਤਰ੍ਹਾਂ ਦੀ ਤਾਰ। ਲਿਖੋ, ਬਿਜਲੀ ਦੀ ਤਾਰ ਹੋਏ, ਕੋਈ ਵੀ ਤਾਰ, ਰੱਸੀ ਜਿਹਨੂੰ ਕਹਿੰਦੇ ਨੇ ਤਾਰ। ਇੱਕ ਤਾਰ ਮੀਨਸ ਟੈਲੀਗ੍ਰਾਮ, ਪੰਜਾਬੀ ਵਿੱਚ ਟੈਲੀਗ੍ਰਾਮ ਨੂੰ ਤਾਰ ਕਹਿੰਦੇ। ਪੁਰਾਣੇ ਸਮੇਂ ਵਿੱਚ ਕਿਸੇ ਨੂੰ ਕੋਈ ਖੁਸ਼ੀ ਜਾਂ ਦੁੱਖ ਦੀ ਖਬਰ ਦੇਣੀ ਹੁੰਦੀ ਸੀ ਤਾਂ ਤਾਰ ਭੇਜੀ ਜਾਂਦੀ ਸੀ। ਠੀਕ ਹੈ, ਟੈਲੀਗ੍ਰਾਮ ਤੁਸੀਂ ਇੰਗਲਿਸ਼ ਚ ਕਰਦੇ ਹੋ, ਸ਼ੁਰੂ ਚ ਰਾਈਟਿੰਗ ਸਕਿੱਲ ਚ ਟੈਲੀਗ੍ਰਾਮ ਕੀਤੀ ਹੋਣੀ ਹੈ ਤੁਸੀਂ ਜੂਨੀਅਰ ਕਲਾਸਿਸ ਚ।
ਹੁਣ ਅੱਜ ਕੱਲ ਕਿਉਂਕਿ ਨਿਊ ਟੈਕਨੋਲੋਜੀ ਦੇ ਆਉਣ ਨਾਲ ਨਾ ਇਹ ਟੌਪਿਕ ਵੀ ਡਿਲੀਟ ਹੋ ਗਏ ਆ ਸਿਲੇਬਸ ਦੇ ਵਿੱਚੋਂ। ਪਹਿਲਾਂ ਸਿਲੇਬਸ ਦੇ ਵਿੱਚ ਟੈਲੀਗ੍ਰਾਮ ਵੀ ਹੁੰਦੀ ਸੀ, ਉਹਦੇ 'ਚ 2 ਦੀ ਪੁਆਇੰਟ ਗੱਲ ਕਰਨੀ ਹੈ ਕਿ ਤੁਸੀਂ ਇਮੀਡੀਏਟਲੀ ਪਹੁੰਚਣਾ ਕਿ ਇਹ ਦੁੱਖ ਭਰੀ ਘਟਨਾ ਵਾਪਰ ਗਈ ਹੈ। ਟੈਲੀਗ੍ਰਾਮ ਭੇਜੀ ਜਾਂਦੀ ਸੀ ਜਦੋਂ ਕਿਸੇ ਨੂੰ ਕੋਈ ਦੁੱਖ ਦੀ ਜਾਂ ਖੁਸ਼ੀ ਦੀ ਖਬਰ ਪਹੁੰਚਾਉਣੀ ਹੁੰਦੀ ਸੀ। ਇੱਕ ਖੱਤ ਹੁੰਦੇ ਸਨ, ਚਿੱਠੀਆਂ, ਪੱਤਰ, ਠੀਕ ਹੈ, ਤੇ ਇੱਕ ਟੈਲੀਗ੍ਰਾਮ, ਇੱਕ ਤਾਰ, ਕੋਈ ਵੀ ਤਾਰ। ਇੱਕ ਤਾਰ ਦਾ ਮਤਲਬ ਬਿਰਤੀ, ਉਸਦੀ ਤਾਰ ਰੱਬ ਨਾਲ ਜੁੜ ਗਈ ਹੈ, ਉਹਨੂੰ ਨਾ ਤੰਗ ਕਰੋ। ਆਪਾਂ ਕਹਿ ਦਿੰਦੇ ਤੇਰੀ ਤਾਰ ਤਾਂ ਰੱਬ ਨਾਲ ਸਿੱਧੀ ਜੁੜੀ ਹੋਈ ਹੈ, ਤੇਰੀ ਤਾਂ ਗੱਲ ਰੱਬ ਛੇਤੀ ਸੁਣ ਲੈਂਦਾ। ਤਾਰ ਮੀਨਸ ਬਿਰਤੀ, ਇੱਕ ਬਿਰਤੀ। ਬਿਰਤੀ ਮੀਨ ਤੁਹਾਡੇ ਅੰਦਰ ਦੀ ਇਕਾਗਰਤਾ, ਠੀਕ ਹੈ, ਜਿਹਨੂੰ ਮੈਡੀਟੇਸ਼ਨ ਕਹਿੰਦੇ ਆ। ਜਿਹੜੇ ਰੱਬ ਦਾ ਨਾਮ ਲੈਂਦੇ ਨੇ ਨਾ, ਉਹਨਾਂ ਦੀ ਤਾਰ ਪਰਮਾਤਮਾ ਨਾਲ ਹਮੇਸ਼ਾ ਜੁੜੀ ਰਹਿੰਦੀ। ਜੇ ਸੈਂਟੈਂਸ ਆ ਜਾਏ ਨਾ, ਭਗਤਾਂ ਦੀ ਡੈਸ਼ ਰੱਬ ਨਾਲ ਜੁੜੀ ਹੁੰਦੀ ਹੈ, ਤਾਰ ਜੁੜੀ ਹੁੰਦੀ ਹੈ, ਠੀਕ ਹੈ। ਕਲੀਅਰ ਹੋ ਗਿਆ? ਕਿੰਨੇ ਵਰਡ ਲਿਖੇ ਤਾਰ ਦੇ? ਤਾਰਨਾ, ਪਾਰ ਕਰਵਾ ਦੇਣਾ, ਕਿਸੇ ਵੀ ਤਰ੍ਹਾਂ ਦੀ ਤਾਰ ਹੋ ਗਈ, ਲੋਹੇ ਦੀ ਤਾਰ ਹੋ ਗਈ, ਪਲਾਸਟਿਕ ਦੀ ਤਾਰ ਹੋ ਗਈ, ਠੀਕ ਹੈ। ਬਾਕੀ ਆਪਾਂ ਨੈਕਸਟ ਕਲਾਸ ਕਰਾਂਗੇ। ਜਿੰਨੇ ਆਪਾਂ ਕਿਤੇ 5 ਕਰ ਲਏ, ਰਿਵਾਈਜ਼ ਕਰ ਲੈਣਾ ਬੇਟਾ। ਥੈਂਕ ਯੂ।